ਅੱਛੀ ਗੱਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਸਾਡੀ ਜਿਹੜੀ ਪਹਿਲੀ ਰਿਕਾਰਡਿੰਗ ਉਸ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਜਿਸ ਕਾਰਨ ਸਾਨੂੰ ਦੁਬਾਰਾ ਰਿਕਾਰਡਿੰਗ ਕਰਨੀ ਪੈ ਰਹੀ ਹੈ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਇਟਲੀ ਦੇ ਵਿੱਚ ਕੇਸਾਂ ਦੀ ਜ਼ਿਕਰ ਗੱਲ ਕਰੀਏ ਕੇਸ 53588 ਨਵੇਂ ਕੇਸ 118 ਮਰੀਜ਼ਾਂ ਦੀ ਹੋਈ ਮੌਤ 48486 ਮਰੀਜ਼ ਠੀਕ ਤਕਰੀਬਨ ਪੌਣੇ 4 ਲੱਖ ਟੈਸਟ ਕੀਤਾ ਗਿਆ ਤੇ ਤਾਸੋ ਦੀ ਪੋਜ਼ਿਟਿਵਿਟੀ ਦਾ 14.71% ਚੱਲ ਰਹੀ ਸੀ ਇਹ ਪਹਿਲਾ ਅਪਡੇਟ ਚੱਲਦੀ ਹੈ ਜੀ ਬਰੇਸ਼ੀਆ ਦੇ ਵਿੱਚ ਇੱਕ ਚੋਰ ਨੇ ਰੈਸਟੋਰੈਂਟ ਚ ਕੀਤੀ ਚੋਰੀ ਚੋਰੀ ਕਰਨ ਤੋਂ ਬਾਅਦ ਚੋਰ ਜਿਹੜਾ ਫਰਾਰ ਚੋਰ ਜਿਹੜੇ ਰੈਸਟੋਰੈਂਟ ਦੇ ਵਿੱਚ ਕੰਮ ਕਰ ਰਹੇ ਬੰਦੇ ਚੋਰ ਦਾ ਪਿੱਛਾ ਕੀਤਾ ਉਸ ਨੇ ਸਾਰੇ ਫੜ ਕੇ ਖੁੱਲੇ ਉਹਨਾਂ ਦਾ ਚੰਗੀ ਤਰ੍ਹਾਂ ਰੂਹ ਨਾ ਕਟਾਪਾ ਕੀਤਾ ਅਤੇ ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਟ੍ਰੇਸ ਕਰ ਲਿਆ ਪੁਲਿਸ ਨੇ ਫੜ ਲਿਆ ਪਰ ਇੱਕ ਚੇਤਾਵਨੀ ਜੇਕਰ ਘਰ ਦੇ ਵਿੱਚ ਕੋਈ ਚੋਰ ਚੋਰੀ ਕਰਨ ਆਵੇ ਤਾਂ ਉਸ ਨੂੰ ਕੁੱਟਣਾ ਨਹੀਂ ਮਾਰਨਾ ਨਹੀਂ ਉਸ ਨੂੰ ਬੰਨ ਕੇ ਫੜ ਲਓ ਕਿਉਂਕਿ ਜੇਕਰ ਬੰਨਣ ਤੇ ਵੀ ਉਹਦੇ ਕੋਈ ਸੱਟ ਚੋਟ ਲੱਗ ਜਾਂਦੀ ਹੈ ਤਾਂ ਇੱਕ ਚੋਰ ਕਿਸ ਕਰ ਸਕਦਾ ਬੰਦਿਆਂ ਸਿਰ ਕਿ ਮੈਂ ਚੋਰੀ ਕਰਨਾ ਹੈ ਪਰ ਮੇਰੇ ਨਾਲ ਬਲਸ ਲੋਕ ਕੀਤੀ ਗਈ ਉਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਜੀ ਮਾਰਕੇ ਦੇ ਜਿਹੜੇ ਪੀਸੇ ਨੇ ਫ੍ਰੀਜ਼ ਕੀਤੇ ਹੋਏ ਪੀਸੇ ਉਹ ਖਾਣ ਦੇ ਨਾਲ ਦੋ ਬੱਚਿਆਂ ਦੀ ਹੋਈ ਮੌਤ 75 ਬੰਦਿਆਂ ਦੇ ਵਿੱਚ ਆਈ ਖਰਾਬੀ ਫਰਾਂਸ ਦੇ ਵਿੱਚ ਇਹ ਕੰਮ ਹੋਇਆ ਜੀ ਫ੍ਰੀਜ਼ ਕੀਤਾ ਹੋਇਆ ਪੀਜ਼ਾ ਇਟਾਲੀਅਨ ਮਾਰਕੇ ਦਾ ਹੀ ਬੂਈ ਤੋਨੀ ਪੀਸੇ ਦਾ ਮਾਰਕਾ ਸੀ ਲੂਜ਼ ਮੋਸ਼ਨ ਢਿੱਡ ਦਰਦ ਤੇ ਉਲਟੀਆਂ ਲੋਕਾਂ ਨੂੰ ਲੱਗੀਆਂ ਨੇ ਸਭ ਤੋਂ ਵੱਧ ਖਤਰਾ ਜੀ ਬੱਚਿਆਂ ਦੇ ਦੋ ਬੱਚਿਆਂ ਦੀ ਮੌਤ ਹੋਈ ਹੈ ਅਤੇ ਇਸ ਮੌਤ ਤੋਂ ਬਾਅਦ ਸਾਰੇ ਲੋਕ ਡਰ ਗਏ ਨੇ ਜਿਹੜੇ ਸਲਾਹ ਦਿੱਤੀ ਜਾ ਰਹੀ ਹੈ ਕਿ ਫ੍ਰੀਜ਼ ਹੋ ਕੀਤੇ ਗਏ ਪੀਛਿਆਂ ਨੂੰ ਖਾਣ ਦੀ ਘੱਟ ਕੋਸ਼ਿਸ਼ ਕਰੋ ਪੀਛੇ ਰੀਤੇ ਜਾ ਕੇ ਜ਼ਿਆਦਾ ਸਮਾਨ ਖਾਣ ਦੀ ਕੋਸ਼ਿਸ਼ ਕਰੋ ਅਤੇ ਉਸ ਤੋਂ ਬਾਅਦ ਜੇਕਰ ਦੇਖੀਏ ਮਹਿੰਗਾਈ ਦੀ ਗੱਲਬਾਤ ਕੀਤੀ ਜਾਵੇ ਤਾਂ ਬੂਰਰੋ ਪਾਸਤਾ ਸਾਰਾ ਸਮਾਨ ਜਿਹੜਾ ਜ਼ਿਆਦਾਤਰ ਖਾਣ ਪੀਣ ਦੇ ਤੇਲ ਲੀਵਿਆਂ ਦਾ ਤੇਲ ਛੱਲੀਆਂ ਦਾ ਤੇਲ ਮੱਕੀ ਦਾ ਤੇਲ 17 ਤੋਂ 23% ਇਹਨਾਂ ਦੇ ਵਿੱਚ ਵਾਧਾ ਹੋਇਆ ਬੂਰਰੋ 17% ਵਧੀ ਆ ਪਾਸਤਾ 13% ਮੱਕੀ ਜਿਹੜਾ ਆਟਾ 10% ਆਟੇ ਦੀ ਅਸੀਂ ਗੱਲ ਕਰਦੇ ਹਾਂ ਜੀ ਆਟਾ ਜ਼ਿਆਦਾ ਮਹਿੰਗਾ ਹੋਇਆ ਕਿਉਂਕਿ ਚੱਕੀਆਂ ਤੇ ਜਿਹੜੇ ਪਹਿਲਾਂ 12 ਦੇ ਸੀ ਬੋਰੇ 25 ਕਿਲੋ ਦੇ ਬਾਅਦ ਵਿੱਚ 13 ਦੇ ਹੋਏ ਜਾਂ ਫਿਰ ਕਿੰਨੇ ਵੀ ਹੈ ਬਾਅਦ ਵਿੱਚ 12 13 ਤੇ ਹੁਣ 18 18 ਰੁਪਏ ਤੱਕ ਉਹਨਾਂ ਦੇ ਰੇਟ ਪਹੁੰਚ ਗਏ ਨੇ ਅੱਜ ਟਾਈਮ ਦੁਕਾਨਦਾਰਾਂ ਵਾਲੇ ਵੀ ਪੈਸੇ ਕਮਾ ਰਹੇ ਨੇ ਉਹਨਾਂ ਦਾ ਵੀ ਕਮਾਣ ਦਾ ਟਾਈਮ ਉਹਨਾਂ ਉਹ ਵੀ ਆਪਣੇ ਜਿੱਤੋਂ ਸਹੀ ਨੇ ਅਗਲੇ ਅਪਡੇਟ ਨਾਲ ਚੱਲਦੇ ਆ ਜੀ ਇੱਕ ਬੰਦਾ ਜਿਹਨੇ ਆਪਣੇ 87 ਵਾਰ ਮਰਵਾਇਆਂ ਸੂਈਆਂ 87 ਵਾਰ ਸੂਈਆਂ ਮਰਵਾਉਣ ਦਾ ਕਾਰਨ ਕੀ ਚੰਦ ਪੈਸਿਆਂ ਦੇ ਖਾਤਰ ਵੇਚੀ ਆਪਣੀ ਜਾਨ ਇਹ ਜੋ ਬੰਦਾ ਸੀ ਇਹ ਬੰਦਾ 61 ਸਾਲ ਦਾ ਤੇ ਜਰਮਨ ਦੇ ਵਿੱਚ ਰਹਿ ਰਿਹਾ ਬੰਦਾ ਜੀ ਜਿੱਥੇ ਉਹਨੇ ਆਪਣੇ ਟੀਕਾ ਲਵਾਇਆ ਲੋਕਾਂ ਨੂੰ ਨਕਲੀ ਵੈਕਸੀਨ ਨਕਲੀ ਜਿਹੜੇ ਆ ਗ੍ਰੀਨ ਪਾਸ ਦੇਣ ਦੇ ਲਈ ਤੇ ਇਸ ਦੇ ਸਿਰ ਹੁਣ ਕੇਸ ਚੱਲ ਰਿਹਾ ਜੀ 1.5 200 ਰੁਪਏ ਬੜੀਆ 300 ਰੁਪਏ ਬੰਦੇ ਤੋਂ ਲਿਆ ਹੋਗਾ ਆਪਣੀ ਜਾਨ ਦੀ ਕੀਮਤ ਇਸ 61 ਸਾਲ ਦੇ ਬੰਦੇ ਨੇ ਡੇਢ ਤੋਂ 2300 ਐਰੋ ਹੀ ਰੱਖੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਘੱਟ ਖਰਾਬ ਹੋ ਰਿਹਾ ਜੀ ਇਟਲੀ ਦੇ ਵਿੱਚ ਵੀ ਕਾਫੀ ਲੋਕੀ ਫਾੜ ਹੋ ਰਹੇ ਨੇ ਪਰ ਇਦਾਂ ਦੇ ਕੰਮ ਜਿਹੜੇ ਪੇ ਆਪਣੇ ਸੂਈਆਂ ਸੱਚਮੁੱਚ ਜੁਲਵਾਣੀਆਂ ਕਦੇ ਰਾਮ ਬਣ ਕੇ ਕਦੇ ਸ਼ਾਮ ਬਣ ਕੇ ਕਦੇ ਕੁਲਵੀਰ ਬਣ ਕੇ ਕਦੇ ਲਖਵੀਰ ਬਣ ਕੇ ਪਹਿਲੀ ਵਾਰ ਸੁਣਨ ਨੂੰ ਹੋਇਆ ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਜੀ ਜਿਹੜੀ ਲੜਕੀ ਦੀ ਲਾਸ਼ ਮਿਲੀ ਸੀ 15 ਟੋਟਿਆਂ ਦੇ ਵਿੱਚ ਜੋ ਕਿ ਬਹਿਰਗਮੋ ਬ੍ਰਿਸ਼ੇ ਦੇ ਏਰੀਏ ਦੇ ਵਿੱਚ ਮਿਲੀ ਸੀ ਜੋ ਅਸ਼ਲੀਲ ਫਿਲਮਾਂ ਦੇ ਵਿੱਚ ਕੰਮ ਕਰਦੀ ਸੀ ਉਸ ਲਾਸ਼ ਦੀ ਇੱਕ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਇੱਕ ਮਹੀਨਾ ਜਿਹੜਾ ਤਾਂ ਕਿਲਰ ਵਾ ਇੱਕ ਮਹੀਨਾ ਪੂਰਾ ਲੜਕੀ ਦੇ ਆ ਟੈਲੀਫੋਨ ਯੂਜ਼ ਕਰਦਾ ਰਿਹਾ ਅਤੇ ਯੂਜ਼ ਕਰਨ ਤੋਂ ਬਾਅਦ ਉਸ ਨੇ ਕੀ ਕੀਤਾ ਯੂਜ਼ ਕਰਕੇ ਉਸ ਨੇ ਇਹ ਕਿਹਾ ਕਿ ਉਹ ਕੁੜੀ ਮੈਂ ਹੀ ਆ ਮਤਲਬ ਕਿ ਸਭ ਨੂੰ ਧੋਖਾ ਦਿੱਤਾ ਤੇ ਉਹਦੇ ਘਰਦਿਆਂ ਨੂੰ ਵੀ ਧੋਖਾ ਦਿੱਤਾ ਪਰ ਇਸ ਟਾਈਮ ਵੀ ਸ਼ਾਇਦ ਮੰਨਣ ਦੇ ਵਿਚਾਰਿਆ ਕਿ ਇਸ ਦੇ ਵਿੱਚ ਕੋਈ ਹੋਰ ਵੀ ਰਾਜ਼ ਜ਼ਰੂਰ ਛੁਪਿਆ ਫਿਲਹਾਲ ਕਿਹੜਾ ਰਾਜ਼ ਹੈ ਇਸ ਟਾਈਮ ਕੋਈ ਕਿਸੇ ਦਾ ਵੀ ਸਮਝ ਨਹੀਂ ਆ ਰਹੀ ਐਸ ਟਾਈਮ ਦੇਖਣ ਦੇ ਵਿੱਚ ਕੀ ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਤੇ ਖਬਰਾਂ ਕਰੀਏ ਸਮਾਪਤ ਰਸ਼ੀਆ ਤੇ ਰਸ਼ੀਆ ਤੇ ਜਰਮ ਰਸ਼ੀਆ ਯੂਕਰੇਨ ਦੇ ਵਿੱਚ ਸਮਝੌਤਾ ਹੁੰਦਾ ਨਹੀਂ ਦਿਖ ਰਿਹਾ 400 ਤੋਂ ਵੱਧ ਸਵਿਲੀਅਨ 150 ਬੱਚਾ ਅਤੇ ਬੱਚੇ ਦੀ ਜਿਹੜੀ ਮੌਤ ਹੋਣ ਚੱਕ ਜਿਹੜੇ ਸ਼ਿਕਾਰ ਹੋ ਚੁੱਕੇ ਨੇ ਕਾਫੀ ਹੱਦ ਤੱਕ ਦੋਵਾਂ ਦੇਸ਼ਾਂ ਦੇ ਫੌਜੀ ਸ਼ਹੀਦ ਹੋ ਚੁੱਕੇ ਨੇ ਗੈਸ ਗੈਸ ਦੇ ਰੇਟ ਵਧੇ ਜਾ ਰਹੇ ਆ ਤੇ ਜਰਮਨ ਯੂਰਪ ਗੱਲ ਕਰ ਰਿਹਾ ਕਿ ਜੱਕਦਮ ਗੈਸ ਨੂੰ ਨਾ ਬੰਦ ਕੀਤਾ ਜਾਵੇ ਤੇ ਗਿੱਦਰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਇੱਕ ਦੂਜੇ ਵੱਲੋਂ ਤੇ ਪੂਤਿਨ ਨੂੰ ਜਿਹੜਾ ਰਸ਼ੀਆ ਦਾ ਫਾਇਦਾ ਹੀ ਆ ਜੇਕਰ ਸਮਝੌਤਾ 10-15 ਦਿਨ ਲੇਟ ਹੋ ਜਾਵੇ ਕਿਉਂਕਿ ਉਹ ਤਾਂ ਜਿਹੜੀ ਕਮਾਈ ਆ ਬਹੁਤ ਹੋ ਰਹੀ ਹੈ ਗੈਸ ਦੇ ਰੇਟ ਵਧਨ ਦੇ ਕਾਰਨ ਬਾਕੀ ਹੋਰ ਫਿਲਹਾਲ ਕੋਈ ਖਾਸ ਅਪਡੇਟ ਨਹੀਂ ਹੈਗਾ ਜੀ ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਮਿਲਦੀਆਂ ਤੁਹਾਨੂੰ ਨਾ ਅਗਲੇ ਅਪਡੇਟ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਇਹ ਟਾਲੀਨ ਖਬਰਾਂ ਤੇ ਇਹ ਕੁਲਵਿੰਦਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ